ਡਾਕਟਰ ਤੋਂ ਫੋਨ ਕਰਕੇ ਮੰਗੀ 20 ਲੱਖ ਦੀ ਫਿਰੌਤੀ। ਫਿਰ ਟੋਏ ਗਨ ਨਾਲ ਘਰ ਆ ਕੇ ਧਮਕਾਇਆ ਪਰਿਵਾਰ। ਇਲਾਕੇ 'ਚ ਕਈ ਨਾਮੀ ਬੰਦਿਆਂ ਤੋਂ ਮੰਗਦੇ ਸੀ ਰੰਗਦਾਰੀ। ਹੁਣ ਪੁਲਿਸ ਨੇ ਤਿੰਨਾਂ ਬਦਮਾਸ਼ਾਂ ਨੂੰ ਕੀਤਾ ਕਾਬੂ। ਸਾਡੇ ਨਾਲ ਸੀਨੀਅਰ ਆਫਿਸਰ ਨੇ, ਡਿਪਟੀ ਸੁਪਰਡੈਂਟ ਆਫ ਪੁਲਿਸ, ਜਿਹੜੇ ਸੀਨੀਅਰ ਜਿਹੜੇ ਅਧਿਕਾਰੀ ਨੇ, SHO ਨੇ, ਸਿਟੀ ਕੁਰਾਲੀ, ਉਹ ਵੀ ਸਾਡੇ ਨਾਲ ਨੇ। ਡਿਪਟੀ ਸਾਹਿਬ, ਕਿਉਂਕਿ ਇਹ ਪੂਰਾ ਮਾਮਲਾ ਜੋ ਤੁਹਾਡੇ ਸੰਗਿਆਨ 'ਚ ਆਇਆ, ਉਸ ਤੋਂ ਬਾਅਦ ਕਿਸ ਤਰ੍ਹਾਂ ਦੀ ਕਾਰਵਾਈ ਕੀਤੀ ਗਈ, ਕਿੰਨੇ ਲੋਕਾਂ ਨੂੰ ਕਾਬੂ ਕੀਤਾ? ਸਾਡੇ ਕੋਲ ਜਿਹੜੀ ਇਤਲਾਹ ਆਈ ਸੀਗੀ ਜੀ, ਕੱਲ੍ਹ ਸ਼ਾਮ ਨੂੰ ਸਾਨੂੰ ਇਤਲਾਹ ਮਿਲਦੀ ਹੈ। ਮਦਨ ਮੋਹਨ ਜਿਹੜੇ ਹੈਗੇ ਨੇ, ਕੈਮਿਸਟ ਸ਼ੋਪ ਰਨ ਕਰਦੇ ਨੇ ਸਿਟੀ ਕੁਰਾਲੀ ਦੇ ਵਿੱਚ, ਤਾਂ ਉਹਨਾਂ ਨੂੰ ਜਿਹੜੀ ਹੈਗੀ ਹੈ 1 ਅਕਤੂਬਰ ਨੂੰ, ਪਰਸੋਂ ਦੁਪਹਿਰ ਨੂੰ 4 ਵਜੇ ਤੋਂ ਬਾਅਦ ਜਿਹੜੀ ਕਾਲ ਆਈ ਹੈਗੀ ਹੈ, ਜਿਹਦੇ ਵਿੱਚ ਬੰਦੇ ਨੇ ਥ੍ਰੈਟ ਕੀਤਾ ਸੀਗਾ ਕਿ ਤੂੰ ਮੈਨੂੰ 20 ਲੱਖ ਰੁਪਏ ਪੇ ਕਰਦੇ, ਨਹੀਂ ਅਸੀਂ ਤੇਰਾ ਨੁਕਸਾਨ ਕਰਾਂਗੇ ਜਾਂ ਮਾਰ ਦਾਂਗੇ। ਉਸ ਚੀਜ਼ ਦੇ ਉੱਤੇ ਕੰਮ ਕਰਦੇ ਹਾਂ, ਉਹਨਾਂ ਨੇ ਡਰ ਹੋਰ ਪੱਕਾ ਕਰਨ ਦੇ ਲਈ ਸ਼ਾਮ ਨੂੰ ਉਹਦੇ ਘਰ ਦੇ ਵਿੱਚ ਜਾ ਕੇ, ਕਿਉਂਕਿ ਉਹਨੇ ਸੀਰੀਅਸ ਨਹੀਂ ਲਿੱਤਾ ਸੀ ਇਸ ਕਾਲ ਨੂੰ ਇੰਨਾ, ਅਤੇ ਸ਼ਾਮ ਨੂੰ ਉਹਦੇ ਘਰ ਜਾ ਕੇ ਟੋਏ ਪਿਸਟਲ, ਜਿਹਨੂੰ ਉਹਨਾਂ ਨੇ ਐਜ਼ ਆ ਰੀਅਲ ਪਿਸਟਲ ਪ੍ਰੋਜੈਕਟ ਕੀਤਾ, ਉਹਦੇ ਘਰ ਦੇ ਵਿੱਚ ਉਹ ਦਿਖਾ ਕੇ ਉੱਥੋਂ ਆਏ ਸੀਗੇ, ਜਿਹਦੇ ਨਾਲ ਉਹਨਾਂ ਨੇ ਡਰ ਦਾ ਮਾਹੌਲ ਉੱਥੇ ਹੋਰ ਪੈਦਾ ਕੀਤਾ ਸੀਗਾ। ਅਤੇ ਬਾਅਦ 'ਚ ਆ ਕੇ ਕਾਲ ਕਰਕੇ ਦੁਬਾਰਾ ਫਿਰ ਕਿਹਾ ਸੀ ਵੀ 2 ਤਰੀਕ ਨੂੰ ਸਾਨੂੰ 4 ਵਜੇ ਤੱਕ 20 ਲੱਖ ਰੁਪਏ ਜਿਹੜਾ ਉਹ ਕਰਦੇ ਪਹੁੰਚਦਾ ਕਰਦੇ। ਇਹਦੇ ਵਿੱਚ ਇੱਕ ਸਵਾਲ ਹੈ ਕਿ ਕੋਈ ਗੈਂਗਸਟਰ ਕਨੈਕਸ਼ਨ ਹੈਗਾ ਇਹਨਾਂ ਦਾ ਜਾਂ ਸਿਰਫ ਜਸਟ ਇੱਕ ਡਰਾਉਣ ਵਾਸਤੇ? ਹਜੇ ਤੱਕ ਇਹੋ ਜਿਹੀ ਕੋਈ ਗੱਲ ਨਹੀਂ ਹੈਗੀ ਜੀ, ਅਤੇ ਨਾ ਹੀ ਇਹਨਾਂ ਨੇ ਕੋਈ ਇਹੋ ਜਿਹੀ ਗੱਲ ਜਿਹੜੀ ਹੈ, ਜੋ ਕੰਪਲੇਨੈਂਟ ਸੀਗਾ, ਜੋ ਵਿਕਟਿਮ ਇਹਦਾ ਹੋ ਜਾਣਾ ਸੀਗਾ, ਅਤੇ ਨਾ ਹੀ ਉਹਨੂੰ ਕਿਸੇ ਕੋਈ ਇਹੋ ਜਿਹੀ ਗੱਲ ਇਹਨਾਂ ਨੇ ਕੀਤੀ ਹੈ। ਇਹਨਾਂ ਨੇ ਆਪਣੇ ਬੇਸ ਦੇ ਉੱਤੇ ਹੀ ਕਿਹਾ ਸੀਗਾ ਕਿ ਅਸੀਂ ਤੈਨੂੰ ਮਾਰ ਦਾਂਗੇ, ਨਹੀਂ ਤਾਂ ਤੂੰ ਸਾਨੂੰ ਇਹ ਦੇ, ਕਿਸੇ ਵੀ ਹੋਰ ਕੋਈ ਐਂਗਲ ਇਹਦੇ 'ਚ ਆਇਆ ਨਹੀਂ ਹੈ। ਠੀਕ ਹੈ, ਅਤੇ ਸਰ ਹੁਣ ਤੱਕ ਦੀ ਇਨੀਸ਼ਲੀ ਇਨਵੈਸਟੀਗੇਸ਼ਨ 'ਚ ਆਇਆ ਹੋਵੇ ਕਿ ਕਿਸ ਤਰ੍ਹਾਂ ਪਲੈਨਿੰਗ ਕੀਤੀ, ਨੰਬਰ ਕਿੱਥੋਂ ਆਇਆ, ਕਿਸ ਤਰ੍ਹਾਂ ਇਹਨਾਂ ਦੀ ਪੂਰੀ ਕਾਸਪੀਰੇਸੀ? ਇਹ ਲੋਕਲ ਬੰਦੇ ਸੀਗੇ ਜੀ, ਅਤੇ ਇਹਨਾਂ ਨੇ ਜਿਹੜਾ ਹੈਗਾ ਏਰੀਏ ਦੇ ਵਿੱਚ ਜਾਂਦੇ ਨੇ, ਇਹਨਾਂ ਨੇ ਮੈਡੀਕਲ ਸ਼ੋਪ ਦੇ ਬੋਰਡ ਵਗੈਰਾ ਤੋਂ ਨੰਬਰ ਲਿੱਤਾ ਸੀਗਾ, ਉਹਦੇ ਬੇਸਿਸ 'ਤੇ ਹੀ ਇਹਨਾਂ ਨੂੰ ਲੱਗਾ ਕਿ ਇਹ ਪੋਟੈਂਸ਼ੀਅਲ ਕੈਂਡੀਡੇਟ ਸਾਡਾ ਹੋ ਸਕਦਾ। ਉਹਦੇ ਬੇਸਿਸ 'ਤੇ ਇਹਨਾਂ ਨੇ ਬੈਠ ਕੇ ਤਿੰਨਾਂ ਜਣਿਆਂ ਨੇ, ਜਿਹੜੇ ਸੁਖਚੈਨ ਸਿੰਘ ਹੈਗਾ, ਅਤੇ ਇੱਕ ਸੁਨੀਲ ਜਿਹੜਾ ਸਾਹਿਲ ਹੈ, ਸਾਹਿਲ ਉਰਫ ਸ਼ੈਲੀ ਹੈ, ਅਤੇ ਇੱਕ ਜਿਹੜਾ ਹੈਗਾ ਅਮਨ ਜਿਹੜਾ ਹੈਗਾ ਮੁੰਡਾ, ਅਮਨ ਅਤੇ ਸ਼ੈਲੀ ਆਪਸ ਦੇ ਵਿੱਚ ਕਜ਼ਨ ਨੇ, ਅਤੇ ਸੁਖਚੈਨ ਜਿਹੜਾ ਹੈਗਾ ਇਹਨਾਂ ਦਾ ਦੋਸਤ ਹੈ। ਤੋ ਇਹ ਜਿਹੜਾ ਹੈਗਾ ਸੁਖਚੈਨ, ਇਹ ਨੰਗਲ ਗੜੀਆਂ ਪਿੰਡ ਦਾ ਨੇੜੇ ਕੁਰਾਲੀ ਦੇ ਰਹਿਣ ਵਾਲਾ ਹੈ, ਅਤੇ ਇਹ ਦੋਨੋਂ ਸ਼ਹਿਰ ਦੇ ਰਹਿਣ ਵਾਲੇ ਨੇ। ਸੋ ਇਹ ਉੱਥੇ ਜਿਹੜਾ ਹੈਗਾ ਸ਼ਾਮ ਨੂੰ ਇਹਨਾਂ ਨੇ ਆਪਣਾ ਕਿਸੇ ਦਿਨ ਬੈਠੇ ਸੀਗੇ, ਅਤੇ ਜਿੱਥੇ ਇਹਨਾਂ ਨੇ ਪਲਾਨ ਕੀਤਾ ਕਿ ਅੱਜ ਆਪਾਂ ਇਹਨੂੰ ਕਾਲ ਕਰਨੀ ਹੈ, ਅਤੇ ਫਿਰ ਇਕੱਠੇ ਹੋ ਕੇ ਇਹਨਾਂ ਨੇ ਆਪਣੀ ਇੱਕ ਕਾਰ ਹੈਗੀ ਹੈ, ਉਹਦੇ ਵਿੱਚ ਬਹਿ ਬੋ ਕੇ ਇਹਨਾਂ ਨੇ ਇਹਨੂੰ ਕਾਲ ਕੀਤੀ। ਅਤੇ ਸਰ ਪ੍ਰੋਫਾਈਲ ਕੀ ਹੈ ਇਹਨਾਂ ਦਾ, ਅਤੇ ਕੋਈ ਕ੍ਰਿਮੀਨਲ ਬੈਕਗ੍ਰਾਉਂਡ ਹੁਣ ਤੱਕ ਦੀ ਸਾਹਮਣੇ ਆਇਆ? ਇਹਦੇ ਵਿੱਚੋਂ ਜਿਹੜਾ ਸੁਖਚੈਨ ਹੈਗਾ, ਸੁਖਚੈਨ ਦੇ ਉੱਤੇ ਪਹਿਲਾਂ ਇੱਕ ਅਟੈਂਪਟ ਟੂ ਮਰਡਰ ਦਾ ਜਿਹੜਾ ਹੈਗਾ FIR ਖਰੜ ਦੇ ਵਿੱਚ ਲੌਂਚ ਹੈ, ਇਹ ਲਾਸਟ ਈਅਰ ਦੀ 2023 ਦੀ, ਅਤੇ ਬਾਕੀਆਂ ਦੇ ਉੱਪਰ ਹਜੇ ਤੱਕ ਕੋਈ ਕ੍ਰਿਮੀਨਲ ਰਿਕਾਰਡ ਸਾਡੇ ਸਾਹਮਣੇ ਨਹੀਂ ਆਇਆ ਹੈਗਾ। ਤੋ ਇਹਨਾਂ ਨੇ ਜਿਹੜੀ ਹੈਗੀ ਇਹ ਕਾਲ ਕੀਤੀ ਸੀਗੀ। ਇਹ ਸਾਰੇ ਜਿਹੜੇ ਹੈਗੇ ਨੇ +2 ਅਤੇ 10th ਪਾਸ ਨੇ, ਉੱਥੋਂ ਤੱਕ ਪੜ੍ਹੇ ਹੋਏ ਨੇ, ਅਤੇ ਕੋਈ ਇਹਨਾਂ ਦੇ ਵਿੱਚੋਂ ਜਿਸ ਤਰ੍ਹਾਂ ਸੁਖਚੈਨ ਹੈ ਉਹ ਵਾਈਫਾਈ ਓਪਰੇਟਰ ਦੇ ਤੌਰ 'ਤੇ ਕੰਮ ਕਰਦਾ ਸੀਗਾ, ਜਿਹੜਾ ਅਮਨ ਹੈ ਉਹ ਪੇਂਟਰ ਦੇ ਤੌਰ 'ਤੇ, ਕਦੇ ਹਲਵਾਈ ਦੇ ਤੌਰ 'ਤੇ, ਅਤੇ ਜਿਹੜਾ ਤੀਸਰਾ ਹੈਗਾ ਸਾਹਿਲ ਔਰ ਸ਼ੈਲੀ, ਉਹ ਸ਼ੋਰੂਮ ਦੇ ਵਿੱਚ, ਕੱਪੜਿਆਂ ਦੇ ਸ਼ੋਰੂਮ ਵਗੈਰਾ ਦੇ ਵਿੱਚ ਉਹ ਐਜ਼ ਆ ਵਰਕਰ, ਆਪਣੇ ਦੋਸਤ ਨੇ ਪੁਰਾਣੇ, ਆਪਸ 'ਚ ਦੋਸਤ ਸੀਗੇ। ਠੀਕ ਹੈ, ਅਤੇ ਸਰ ਹੁਣ ਤੱਕ ਦੀ ਇਨਵੈਸਟੀਗੇਸ਼ਨ 'ਚ ਕੁਝ ਹੋਰ ਆਇਆ, ਇਹ ਪਿਸਟਲ, ਟੋਏ ਪਿਸਟਲ ਕਿੱਥੋਂ ਲੈ ਕੇ ਆਇਆ, ਯਾਨੀ ਕਿ ਪੂਰੀ ਪਲੈਨਿੰਗ ਦੇ ਤਹਿਤ ਇਹਨਾਂ ਨੇ ਪੂਰੀ ਵਾਰਦਾਤ? ਹਾਂਜੀ, ਇਹਦੇ ਵਿੱਚ ਇਹ ਹੈ ਕਿ ਇਹਨਾਂ ਨੇ ਤਾਂ ਟੋਏ ਪਿਸਟਲ ਤਾਂ ਐਜ਼ ਆ ਡਰ ਦੇ ਤੌਰ 'ਤੇ ਇਹਨਾਂ ਨੇ ਯੂਜ਼ ਕੀਤਾ ਕਿ ਉਹਨਾਂ ਨੂੰ ਰੀਅਲ ਪਿਸਟਲ ਦੀ ਤਰ੍ਹਾਂ ਉਹਨੂੰ ਦਿਖਾ ਕੇ, ਇਹ ਤਾਂ ਆਮ ਜਿਹੜਾ ਹੈਗਾ ਇਹ ਕਿਸੇ ਮੇਲੇ ਵਗੈਰਾ ਦੇ ਵਿੱਚੋਂ ਵੀ ਚੀਜ਼ਾਂ ਮਿਲ ਜਾਂਦੀਆਂ ਨੇ, ਬਟ ਇਹਦੀ ਜਿਹੜੀ ਲੁੱਕ ਹੈਗੀ ਹੈ ਇਟ ਇਜ਼ ਅਲਾਈਕ ਟੂ ਦੀ ਰੀਅਲ ਥਿੰਗਸ, ਰੀਅਲ ਪਿਸਟਲ ਵਗੈਰਾ, ਤਾਂ ਉਸ ਪੁਆਇੰਟ ਤੋਂ ਇਹਨਾਂ ਨੇ ਡਰ ਜਿਹਾ ਜਿਹੜਾ ਦਿਖਾਇਆ ਉਹਦੇ ਨਾਲ ਯੂਜ਼ ਕੀਤਾ। ਇਸ ਤਰ੍ਹਾਂ ਦਾ ਕੋਈ ਪੈਸੇ ਤਾਂ ਨਹੀਂ ਦਿੱਤਾ ਗਿਆ ਸੀਗਾ ਡਾਕਟਰ ਵੱਲੋਂ? ਨਹੀਂ ਜੀ, ਉਹ ਉਹਨਾਂ ਨੇ, ਉਹਨਾਂ ਦੀ ਸਮਝਦਾਰੀ ਇਹੀ ਰਹੀ ਹੈ ਕਿ ਉਹਨਾਂ ਨੇ ਇਮੀਡੀਏਟਲੀ ਜਿਹੜੀ ਚੀਜ਼ ਲੱਗੀ ਇਨੀਸ਼ੀਅਲੀ, ਜਦੋਂ ਘਬਰਾਉਂਦਾ ਬੰਦਾ ਆਪਸ 'ਚ ਡਿਸਕਸ ਕਰਕੇ ਉਹ ਸਾਡੇ ਕੋਲ ਆ ਗਏ। ਤਾਂ ਡਿਪਟੀ ਸਾਹਿਬ, ਇਹਦੇ ਵਿੱਚ ਇੱਕ ਸਵਾਲ ਹੈ, ਕਿਉਂਕਿ ਇਹ ਪਹਿਲਾ ਮਾਮਲਾ ਨਹੀਂ, ਇਸ ਤੋਂ ਪਹਿਲਾਂ ਵੀ ਗੈਂਗਸਟਰ ਦਾ ਨਾਂ ਲੈ ਕੇ ਐਕਸਟੋਰਸ਼ਨ ਕਾਲ ਕਰਨੀ, ਲੱਖਾਂ ਰੁਪਏ ਦੀ ਡਿਮਾਂਡ ਕਰਨੀ, ਬਾਅਦ 'ਚ ਨਿਕਲਦੇ ਕੋਈ ਹੋਰ ਹੈ ਉਹ,
ਕਿਉਂਕਿ ਲੋਕਾਂ 'ਚ ਡਰ ਵੀ ਹੁੰਦਾ ਹੈ, ਤੁਸੀਂ ਕਿਸ ਤਰ੍ਹਾਂ ਲੋਕਾਂ ਨੂੰ ਅਵੇਅਰ ਕਰ ਰਹੇ ਹੋ ਕਿ ਇਸ ਤਰ੍ਹਾਂ ਦੀ ਕੋਈ ਥ੍ਰੈਟ ਕਾਲ ਆਉਂਦੀ ਹੈ ਤੁਹਾਡੇ ਕੋਲ ਜਾਂ ਧਮਕੀ ਆਉਂਦੀ ਹੈ ਤਾਂ ਤੁਸੀਂ ਨਾਲ ਦੇ ਨਾਲ ਹੀ ਪੁਲਿਸ ਕੋਲ ਆਓ? ਇਹ ਬੇਸਿਕਲੀ ਉਹਨਾਂ ਲੋਕਾਂ ਦਾ ਜੀ ਜਿਹੜੇ ਮਿਹਨਤ ਤੋਂ ਡਰਦੇ ਨੇ, ਜਿਹੜੇ ਬੰਦਿਆਂ ਨੂੰ ਮਿਹਨਤ ਨਹੀਂ ਕਰ ਸਕਦੇ ਹੈਗੇ ਅਤੇ ਉਹ ਮਤਲਬ ਜਿਹੜੀ ਦੂਜੀ ਕਮਾਈ ਹੈ ਈਜ਼ੀ ਮਨੀ ਜਿਹਨਾਂ ਨੂੰ ਚਾਹੀਦੀ ਹੈ, ਜੋ ਮਿਹਨਤ ਕਰਕੇ ਰਾਜ਼ੀ ਨਹੀਂ ਹੈਗੇ, ਉਹਨਾਂ ਨੂੰ ਚਾਹੀਦਾ ਹੈ ਕਿ ਸਾਨੂੰ ਕੋਈ ਈਜ਼ੀ ਵਰਕ ਤਰੀਕਾ ਲੱਭ ਜੇ, ਅਤੇ ਉਸ ਹਿਸਾਬ ਦੇ ਨਾਲ ਇਹ ਲੋਕਾਂ ਨੂੰ ਡਰਾਉਂਦੇ ਨੇ। ਅਤੇ ਇਹ ਕਾਰੋਬਾਰ ਜਿਹੜਾ ਹੈਗਾ ਇਹ ਡਰ ਦਾ ਕਾਰੋਬਾਰ ਹੈ, ਸਿਰਫ ਤੁਹਾਡੇ ਡਰ ਦੇ ਉੱਤੇ ਹੀ ਇਹ ਆਪਣਾ ਜਿਹੜਾ ਮਨੀ ਐਕਸਟ੍ਰਾਟ ਕਰਦੇ ਨੇ। ਹਾਂ, ਅਗਰ ਇਹੋ ਜਿਹੀ ਕੋਈ ਵਾਰਦਾਤ ਜਾਂ ਤੁਹਾਡੇ ਕੋਲ ਇਹੋ ਜਿਹਾ ਕੋਈ ਥ੍ਰੈਟ ਕਾਲ ਜਾਂ ਇਹੋ ਜਿਹੀ ਐਕਸਟ੍ਰਾਸ਼ਨ ਕਾਲ ਆਉਂਦੀ ਹੈ ਤਾਂ ਤੁਹਾਨੂੰ ਡਰਨ ਦੀ ਲੋੜ ਨਹੀਂ ਹੈਗੀ, ਪੁਲਿਸ ਤੁਹਾਡੇ ਸਹਿਯੋਗ ਦੇ ਲਈ ਹੈ। ਇਮੀਡੀਏਟਲੀ ਤੁਸੀਂ ਪੁਲਿਸ ਨੂੰ ਕਰੋਗੇ ਤਾਂ ਅਸੀਂ ਤੁਹਾਡੀ ਸਿਕਿਉਰਿਟੀ ਨੂੰ ਵੀ ਜਿਹੜਾ ਹੈਗਾ ਉਹ ਚੈੱਕ ਦੇ ਵਿੱਚ ਰੱਖ ਲਾਂਗੇ, ਅਤੇ ਜਿਹੜਾ ਇਹੋ ਜਿਹਾ ਬੰਦਾ ਮਾੜਾ ਹੈਗਾ ਉਹਨੂੰ ਵੀ ਰਾਊਂਡ ਅਪ ਕਰ ਲਾਂਗੇ। ਬਿਲਕੁਲ ਸਾਹਿਬ, ਇਹ ਸਾਰੀ ਚੀਜ਼ਾਂ ਇਹਨਾਂ ਨੂੰ ਇਨੀਸ਼ਲੀ ਇਨਵੈਸਟੀਗੇਸ਼ਨ 'ਚ ਕੁਛ ਆਇਆ, ਕਿੱਥੋਂ ਦੇਖ ਕੇ ਇਹਨਾਂ ਨੇ ਸਿੱਖੀ ਕੁਛ, ਇਸ ਤਰ੍ਹਾਂ ਕੋਈ ਸੋਸ਼ਲ ਮੀਡੀਆ ਰਾਹੀਂ ਜਾਂ ਕਿਸੇ ਤਰ੍ਹਾਂ ਦਾ ਕੋਈ? ਉਹ ਇਹਨਾਂ ਨੇ ਜ਼ਿਕਰ ਕੀਤਾ ਜੀ ਕਿ ਅਸੀਂ ਜਿਹੜੀਆਂ ਔਨਲਾਈਨ ਵੀਡੀਓਜ਼ ਵਗੈਰਾ ਕੁਛ ਦੇਖੀਆਂ ਨੇ ਅਤੇ ਉਹਦੇ ਤਹਿਤ ਕਈ ਵਾਰੀ ਤਾਂ ਜਿਹੜੇ ਆਪਣਾ ਕੋਈ ਮਾੜੇ ਬੰਦੇ ਨੇ ਕੋਈ ਚੀਜ਼ ਪਾਤੀ ਜਾਂ ਕੋਈ ਦੇਖ ਲਿਆ ਇਹਨਾਂ ਨੇ ਕਿਤੇ ਸੋਸ਼ਲ ਮੀਡੀਆ ਵਗੈਰਾ ਤੋਂ, ਉਹਨਾਂ ਥਾਵਾਂ ਤੋਂ ਇਹਨਾਂ ਨੇ ਦੇਖਦੇ ਹੋਏ ਆਪਣਾ ਜਿਹੜਾ ਹੈਗਾ ਇਹਨਾਂ ਨੂੰ ਲੱਗਿਆ ਕਿ ਇਹ ਇੱਕ ਤਰੀਕਾ ਹੈਗਾ, ਇਹਨਾਂ ਨੂੰ ਲੱਗਿਆ ਕਿ ਵੀ ਇਹ ਪੈਸੇ ਕਮਾਉਣ ਦਾ ਸੌਖਾ ਤਰੀਕਾ, ਤੋ ਉਹ ਚੀਜ਼ ਇਹਨਾਂ ਨੂੰ ਜਿਹੜਾ ਹੈਗਾ ਇਹਨਾਂ ਨੇ ਕੋਸ਼ਿਸ਼ ਕੀਤੀ ਪਰ ਜਿਹਦੇ ਵਿੱਚ ਇਹ ਅਸਫਲ ਰਹੇ ਅਤੇ ਅਸੀਂ ਫੜ ਲਏ। ਠੀਕ ਹੈ, ਬਿਲਕੁਲ ਜਿੱਦਾਂ ਸਰ ਨੇ ਕਿਹਾ ਔਰ ਜਿੱਦਾਂ ਸਰ ਨੇ ਇਹ ਵੀ ਦੱਸਿਆ ਕਿ ਪੂਰਾ ਇੱਕ ਟੋਏ ਪਿਸਟਲ ਹੈ ਜਿਹੜਾ ਹੁਣ ਪੁਲਿਸ ਨੇ ਰਿਕਵਰ ਕੀਤਾ ਹੈ, ਹਾਲਾਂਕਿ ਇਹ ਟੋਏ ਪਿਸਟਲ ਹੈ ਲੇਕਿਨ ਬਿਲਕੁਲ ਲੱਗਦਾ ਹੈ ਕਿ ਬਿਲਕੁਲ ਅਸਲੀ ਹੈ, ਔਰ ਇਸੇ ਦਾ ਡਰ ਦਿਖਾ ਕੇ ਉਹਨਾਂ ਦੇ ਘਰ ਪਹੁੰਚੇ ਸੀਗੇ, ਉਹਨਾਂ ਨੂੰ ਡਰਾਉਣ ਦੀ ਕੋਸ਼ਿਸ਼ ਕੀਤੀ ਲੇਕਿਨ ਹੁਣ ਪੁਲਿਸ ਦੇ ਹੱਥੇ ਚੜ ਚੁੱਕੇ ਨੇ। ਇਸ ਤਰ੍ਹਾਂ ਦੇ ਜਿਹੜੇ ਗੈਂਗਸਟਰ ਦਾ ਨਾਂ ਲੈ ਕੇ ਜਿਹੜਾ ਐਕਸਟੋਰ ਕਰਦੇ, ਕਿਉਂਕਿ ਪਹਿਲਾਂ ਵੀ ਇਸ ਤਰ੍ਹਾਂ ਦੇ ਪੰਜਾਬ ਪੁਲਿਸ ਵੱਲੋਂ ਫੜੇ ਗਏ ਨੇ ਕਈ ਗੈਂਗਸਟਰਸ ਦਾ ਨਾਂ ਲੈ ਕੇ, ਵੱਡੇ ਨਾਮੀ ਗੈਂਗਸਟਰ ਦਾ ਨਾਂ ਲੈ ਕੇ ਪੈਸੇ ਜਿਹੜੇ ਹੈਗੇ ਐਕਸਟੋਰ ਕਰਦੇ, ਲੇਕਿਨ ਕਈ ਵਾਰੀ ਲੋਕੀ ਜਿਹੜੇ ਹੈਗੇ ਉਹ ਡਰ ਕੇ ਮਾਰੇ ਪੁਲਿਸ ਨੂੰ ਨਹੀਂ ਇਨਵੋਲਵ ਕਰਦੇ, ਪੁਲਿਸ ਨੂੰ ਨਹੀਂ ਦੱਸਦੇ ਔਰ ਪੈਸੇ ਵੀ ਉਹਨਾਂ ਨੂੰ ਫੜਾ ਦਿੰਦੇ। ਹਾਲਾਂਕਿ ਹੁਣ ਇਹ ਫੜੇ ਗਏ ਨੇ, ਇਹ ਬਿਲਕੁਲ ਜਾਲੀ ਨੇ, ਕਿਸੇ ਤਰ੍ਹਾਂ ਦਾ ਕੋਈ ਗੈਂਗਸਟਰ ਦੇ ਨਾਲ ਹਜੇ ਤੱਕ ਫਿਲਹਾਲ ਕੋਈ ਲਿੰਕ ਨਹੀਂ ਆਇਆ, ਔਰ ਕਿਸ ਤਰ੍ਹਾਂ ਡਾਕਟਰ ਨੂੰ ਜਿਹੜਾ ਧਮਕੀ ਦੇ ਰਹੇ ਸੀ। ਹਾਲਾਂਕਿ ਹੁਣ ਪੁਲਿਸ ਇਨਵੈਸਟੀਗੇਸ਼ਨ 'ਚ ਕਈ ਹੋਰ ਵੀ ਚੀਜ਼ਾਂ ਦਾ ਖੁਲਾਸਾ ਹੋ ਸਕਦਾ, ਜਿਸ ਨੂੰ ਲੈ ਕੇ ਇਹਨਾਂ ਦਾ ਰਿਮਾਂਡ ਲੈ ਕੇ ਹੋਰ ਵੀ ਪੁੱਛਗਿੱਛ ਕੀਤੀ ਜਾਏਗੀ। ਮੁੱਲਾਪੁਰ ਤੋਂ ਕੈਮਰਾਮੈਨ ਸਰਪ੍ਰੀਤ ਸਿੰਘ ਨਾਲ ਮਨੋਜ ਰਾਠੀ, ਨਿਊਜ਼ 18 ਪੰਜਾਬ।